ਅੰਮ੍ਰਿਤਪਾਲ ਸਿੰਘ ਤੋਂ ਬਾਅਦ ਹੁਣ ਡਿਬਰੂਗੜ੍ਹ ਜੇਲ੍ਹ 'ਚ ਬੰਦ ਅੰਮ੍ਰਿਤਪਾਲ ਦਾ ਸਾਥੀ ਦਲਜੀਤ ਕਲਸੀ ਵੀ ਚੋਣ ਲੜਨ ਜਾ ਰਿਹਾ। ਦੱਸ ਦਈਏ ਕਿ ਜਾਣਕਾਰੀ ਉਹਨਾਂ ਦੇ ਵਕੀਲ ਨੇ ਸਾਂਝੀ ਕੀਤੀ ਹੈ। ਉਹਨਾਂ ਦੱਸਿਆ ਕਿ ਦਲਜੀਤ ਕਲਸੀ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਦੀ ਚੋਣ ਲੜੇਗਾ। ਮੌਜੂਦਾ ਸਮੇਂ 'ਚ ਦਲਜੀਤ ਕਲਸੀ ਦੇਸ਼ ਦੇ ਸਖ਼ਤ ਕਾਨੂੰਨ NSA ਤਹਿਤ ਜੇਲ੍ਹ 'ਚ ਬੰਦ ਹੈ, ਜਿਸ ਨੂੰ ਕਲਸੀ ਨੇ ਅਦਾਲਤ 'ਚ ਚੁਣੌਤੀ ਦਿੱਤੀ ਹੋਈ ਹੈ। ਪਿਛਲੇ ਦਿਨਾਂ 'ਚ ਇਹ ਵੀ ਕਿਹਾ ਜਾ ਰਿਹਾ ਸੀ ਕਿ ਕਲਸੀ ਅਤੇ ਅੰਮ੍ਰਿਤਪਾਲ 'ਚ ਕੁਝ ਨਾਰਾਜ਼ਗੀ ਚੱਲ ਰਹੀ ਹੈ, ਪਰ ਕਲਸੀ ਦੇ ਵਕੀਲ ਨੇ ਇਹਨਾਂ ਗੱਲਾਂ ਨੂੰ ਨਕਾਰ ਦਿੱਤਾ। ਉਹਨਾਂ ਦੱਸਿਆ ਕਿ ਕਲਸੀ ਜਾਂ ਕੋਈ ਵੀ ਸਾਥੀ ਅੰਮ੍ਰਿਤਪਾਲ ਤੋਂ ਵੱਖਰੇ ਨਹੀਂ ਹੋਏ, ਬਲਕਿ ਸਾਰੇ ਸਾਥੀ ਇੱਕਜੁੱਟ 'ਚ ਨੇ ਅਤੇ ਚੜ੍ਹਦੀ ਕਲਾ 'ਚ ਨੇ। ਹੁਣ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿਛਲੀ ਵਾਰ ਜਵਾਬ ਦਾਖਲ ਕਰਵਾਇਆ ਗਿਆ ਸੀ ਅਤੇ ਇਸ ਵਾਰ ਯੂਨੀਅਨ ਆਫ ਇੰਡੀਆ ਵੱਲੋਂ ਜਵਾਬ ਦਿੱਤਾ ਗਿਆ। ਦੋਹਾਂ ਪਾਰਟੀਆਂ ਦੇ ਜਵਾਬ ਮਿਲਣ ਤੋਂ ਬਾਅਦ NSA ਮਾਮਲੇ 'ਚ ਫੈਸਲਾ ਸੁਣਾਇਆ ਜਾਵੇਗਾ। ਵਕੀਲ ਨੇ ਦੱਸਿਆ ਕਿ ਕਲਸੀ ਕੋਈ ਜੁਰਮ ਪੇਸ਼ਾ ਵਿਅਕਤੀ ਨਹੀਂ ਹੈ, ਬਲਕਿ ਉਹ ਫਿਲਮ ਡਾਇਰੈਕਟਰ ਅਤੇ ਕਾਰੋਬਾਰੀ ਨੇ। ਸੋ ਇਹਨਾਂ ਤੱਥਾਂ ਤੋਂ ਸਪਸ਼ਟ ਹੁੰਦਾ ਹੈ ਕਿ ਕਲਸੀ 'ਤੇ ਗਲਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਅਤੇ ਉੱਧਰ ਇਸ ਮਾਮਲੇ 'ਚ ਕੇਂਦਰ ਸਰਕਾਰ ਦੇ ਵਕੀਲ ਵੱਲੋਂ ਹਲਫ਼ਨਾਮਾ ਦਿੱਤਾ ਗਿਆ, ਜਿਸ 'ਚ ਕਬੂਲ ਕੀਤਾ ਗਿਆ ਹੈ ਕਿ ਜੋ ਧਾਰਾਵਾਂ ਉਸ 'ਤੇ ਲਗਾਈਆਂ ਗਈਆਂ ਨੇ ਉਹ ਬਿਲਕੁਲ ਸਹੀ ਨੇ। ਅੰਮ੍ਰਿਤਪਾਲ ਸਿੰਘ ਤੋਂ ਬਾਅਦ ਹੁਣ ਡਿਬਰੂਗੜ੍ਹ ਜੇਲ੍ਹ 'ਚ ਬੰਦ ਅੰਮ੍ਰਿਤਪਾਲ ਦਾ ਸਾਥੀ ਦਲਜੀਤ ਕਲਸੀ ਵੀ ਚੋਣ ਲੜਨ ਜਾ ਰਿਹਾ। ਦੱਸ ਦਈਏ ਕਿ ਜਾਣਕਾਰੀ ਉਹਨਾਂ ਦੇ ਵਕੀਲ ਨੇ ਸਾਂਝੀ ਕੀਤੀ ਹੈ। ਉਹਨਾਂ ਦੱਸਿਆ ਕਿ ਦਲਜੀਤ ਕਲਸੀ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਦੀ ਚੋਣ ਲੜੇਗਾ। ਮੌਜੂਦਾ ਸਮੇਂ 'ਚ ਦਲਜੀਤ ਕਲਸੀ ਦੇਸ਼ ਦੇ ਸਖ਼ਤ ਕਾਨੂੰਨ NSA ਤਹਿਤ ਜੇਲ੍ਹ 'ਚ ਬੰਦ ਹੈ, ਜਿਸ ਨੂੰ ਕਲਸੀ ਨੇ ਅਦਾਲਤ 'ਚ ਚੁਣੌਤੀ ਦਿੱਤੀ ਹੋਈ ਹੈ। ਪਿਛਲੇ ਦਿਨਾਂ 'ਚ ਇਹ ਵੀ ਕਿਹਾ ਜਾ ਰਿਹਾ ਸੀ ਕਿ ਕਲਸੀ ਅਤੇ ਅੰਮ੍ਰਿਤਪਾਲ 'ਚ ਕੁਝ ਨਾਰਾਜ਼ਗੀ ਚੱਲ ਰਹੀ ਹੈ, ਪਰ ਕਲਸੀ ਦੇ ਵਕੀਲ ਨੇ ਇਹਨਾਂ ਗੱਲਾਂ ਨੂੰ ਨਕਾਰ ਦਿੱਤਾ। ਉਹਨਾਂ ਦੱਸਿਆ ਕਿ ਕਲਸੀ ਜਾਂ ਕੋਈ ਵੀ ਸਾਥੀ ਅੰਮ੍ਰਿਤਪਾਲ ਤੋਂ ਵੱਖਰੇ ਨਹੀਂ ਹੋਏ, ਬਲਕਿ ਸਾਰੇ ਸਾਥੀ ਇੱਕਜੁੱਟ 'ਚ ਨੇ ਅਤੇ ਚੜ੍ਹਦੀ ਕਲਾ 'ਚ ਨੇ। ਹੁਣ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿਛਲੀ ਵਾਰ ਜਵਾਬ ਦਾਖਲ ਕਰਵਾਇਆ ਗਿਆ ਸੀ ਅਤੇ ਇਸ ਵਾਰ ਯੂਨੀਅਨ ਆਫ ਇੰਡੀਆ ਵੱਲੋਂ ਜਵਾਬ ਦਿੱਤਾ ਗਿਆ। ਦੋਹਾਂ ਪਾਰਟੀਆਂ ਦੇ ਜਵਾਬ ਮਿਲਣ ਤੋਂ ਬਾਅਦ NSA ਮਾਮਲੇ 'ਚ ਫੈਸਲਾ ਸੁਣਾਇਆ ਜਾਵੇਗਾ। ਵਕੀਲ ਨੇ ਦੱਸਿਆ ਕਿ ਕਲਸੀ ਕੋਈ ਜੁਰਮ ਪੇਸ਼ਾ ਵਿਅਕਤੀ ਨਹੀਂ ਹੈ, ਬਲਕਿ ਉਹ ਫਿਲਮ ਡਾਇਰੈਕਟਰ ਅਤੇ ਕਾਰੋਬਾਰੀ ਨੇ। ਸੋ ਇਹਨਾਂ ਤੱਥਾਂ ਤੋਂ ਸਪਸ਼ਟ ਹੁੰਦਾ ਹੈ ਕਿ ਕਲਸੀ 'ਤੇ ਗਲਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਅਤੇ ਉੱਧਰ ਇਸ ਮਾਮਲੇ 'ਚ ਕੇਂਦਰ ਸਰਕਾਰ ਦੇ ਵਕੀਲ ਵੱਲੋਂ ਹਲਫ਼ਨਾਮਾ ਦਿੱਤਾ ਗਿਆ, ਜਿਸ 'ਚ ਕਬੂਲ ਕੀਤਾ ਗਿਆ ਹੈ ਕਿ ਜੋ ਧਾਰਾਵਾਂ ਉਸ 'ਤੇ ਲਗਾਈਆਂ ਗਈਆਂ ਨੇ ਉਹ ਬਿਲਕੁਲ ਸਹੀ ਨੇ।